ਠੀਕ ਨਹੀਂ ਰਹਿੰਦੀ। ਤੁਹਾਡਾ ਕੀ ਨਾਂ? ਮੇਰਾ ਨਾਂ ਜਪਿੰਦਰ। ਕੀ ਲੱਗਦਾ ਤੁਹਾਡਾ ਸਿੱਖਦੀ? ਮੇਰਾ ਵੀਰ ਸੀਗਾ। ਤੇ ਕਿੱਥੇ ਨੌਕਰੀ ਕਰਦਾ ਸੀ ਤੇ ਕਿਸ ਤਰ੍ਹਾਂ ਮਾਰਿਆ ਗਿਆ? ਅਸੀਂ ਇੱਥੇ ਆਮਦਾਲ ਵਾਲੇ ਚ ਰਹਿੰਦੇ, ਪੰਜ ਭੈਣ ਭਰਾ ਆਏ, ਅਸੀਂ ਦੋ ਭੈਣ ਭਰਾ ਵੱਡੇ ਸੀਗੇ। ਤੇ ਉਹ ਉੱਥੇ ਫਿਰ ਉੱਥੇ ਚਲਾ ਗਿਆ ਡੈਡੀ ਵੀ, ਉਹਨੂੰ ਮਿਲੀ ਸੀ ਨੌਕਰੀ, 5 ਲੱਖ ਰੁਪਇਆ ਮਿਲਿਆ ਸੀ। ਤੇ ਉਹ 5 ਲੱਖ ਰੁਪਏ ਪਿੱਛੇ ਉਹਨਾਂ ਨੇ ਮਾਰ ਦਿੱਤਾ। ਕਿੰਨੇ ਮਾਰਿਆ? ਕੌਣ ਮਾਰਨ ਵਾਲੀ? ਕੌਣ? ਪਰਮਜੀਤ ਕੌਰ, ਜਗਤਾਰ ਸਿੰਘ, ਉਹਨਾਂ ਦੇ ਘਰੇ ਰਹਿੰਦਾ ਸੀਗਾ। ਉਹਨਾਂ ਨੇ ਪੈਸੇ ਪਿੱਛੇ ਮਾਰਿਆ ਸਾਡੇ ਭਰਾ ਨੂੰ। ਸਾਡੀ ਕੋਈ ਸੁਣਵਾਈ ਨਹੀਂ ਹੋਏਗੀ, ਅਸੀਂ ਗਰੀਬ ਬੰਦੇ ਹਾਂ। ਅਸੀਂ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਜੀ, ਸਾਡੇ ਭਰਾ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਉਹਨਾਂ ਨੂੰ ਫੜ ਕੇ ਅਤੇ ਕੁਛ ਕਾਰਵਾਈ ਕੀਤੀ ਜਾਵੇ। ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਭਰਾ ਨੂੰ। ਕੀ ਨਾਂ ਕੀ ਜਾਣੇ ਤੁਹਾਡਾ? ਇਹ ਕੌਣ ਲੱਗਦਾ? ਕੀ ਲੱਗਦਾ ਤੁਹਾਡਾ? ਇਹ ਕੀ ਲੱਗਦਾ ਤੁਹਾਡਾ? ਸੁਖਦੀਪ ਕੀ ਲੱਗਦਾ? ਸੁਖਦੀਪ ਮੇਰਾ ਵੀਰ, ਮੇਰਾ ਮੁੰਡਾ ਹੈ। ਹਾਂ, ਇਹ ਕਿਸ ਤਰ੍ਹਾਂ ਮਾਰਿਆ ਗਿਆ? ਕੀ ਇਨਸਾਫ ਆਪ ਮੰਗਦੇ ਤੁਸੀਂ? ਕੀ ਇਨਸਾਫ? ਉਹਨਾਂ ਜਿੰਨਾ ਮਾਰਿਆ ਉਹਨਾਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ, ਅਤੇ ਜਿੰਨਾ ਇਸ ਤਰ੍ਹਾਂ ਹੱਤਿਆ ਕੀਤੀ ਆ ਉਹਨਾਂ ਨੂੰ ਫੜ ਲਿਆ ਜਾਣਾ ਚਾਹੀਦਾ ਹੈ। ਉਦੋਂ ਵੀ ਫੜੇ ਜਾਣ, ਫੜ ਕੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਕੌਣ ਸੀਗਾ, ਮਤਲਬ ਕਿਸ ਤਰ੍ਹਾਂ ਇਹਨਾਂ ਦਾ ਕਤਲ ਹੋਇਆ ਮੁੰਡੇ ਦਾ, ਕਿਸ ਤਰ੍ਹਾਂ? ਇਹਨਾਂ ਦੇ ਦੱਸਣ ਕਾਰਨ ਇਹ ਵੀ ਉਹਨਾਂ ਨੇ ਸਿਲੰਡਰ ਮਾਰ ਕੇ ਮਾਰਤਾ। ਪਹਿਲਾਂ ਇੱਥੇ ਹੀ ਰਹਿੰਦੇ ਸਾਰਾ ਪਰਿਵਾਰ ਅਤੇ ਆਪਣੇ ਅੱਛਾ ਅੱਛਾ ਬਲਵੀਰ ਸਿੰਘ ਦੇ ਹਾਂ ਘਰ 1-2 ਵਜੇ ਬੈਠੇ ਆ ਗਏ ਹੁਣ, ਅਤੇ ਇਹਨਾਂ ਨੂੰ ਮਤਲਬ 15 ਸਾਲ ਹੋ ਗਏ ਇਹ ਸਾਰੇ, ਤਿੰਨੇ ਭੈਣਾਂ ਅਤੇ ਦੋਵੇਂ ਭਰਾ ਹਾਂਜੀ ਇੱਥੇ ਆਪਣੇ ਪਿੰਡ ਰਹਿੰਦੇ ਸੀਗੇ। ਉਸ ਤੋਂ ਬਾਅਦ ਫਿਰ ਉਹ ਤਲਵੰਡੀ ਚਲੇ ਗਿਆ ਕਿਰਾਏ 'ਤੇ ਅਤੇ ਨੌਕਰੀ ਦੇ ਕਾਰਨ ਨੌਕਰੀ ਕਾਰਨ ਉੱਥੇ ਚਲਾ ਗਿਆ। ਮਗਰੋਂ ਇਹਨਾਂ ਦਾ ਬਾਅਦ ਦੇ ਵਿੱਚ ਹੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਲੱਗਾ ਵੀ ਉਹ ਤੁਹਾਡਾ ਮੁੰਡਾ ਇਹਨਾਂ ਨੇ ਮਾਰਿਆ। ਪੈਸੇ ਪੂਸੇ ਦੇ ਲਾਲਚ ਪਿੱਛੇ ਜੇ ਕੋਈ ਪੈਸੇ ਦੇ ਲਾਲਚ ਹੀ, ਕੋਈ ਰੁਪਈਆ ਕਹਿੰਦੇ 5 ਕੁ ਲੱਖ ਉਹਨੂੰ ਕਦੋਂ ਮਿਲਿਆ ਸੀਗਾ ਅਤੇ ਉਹਦੇ ਕਾਰਨ ਹੀ ਉਹਨੇ ਘਰੇ ਕਿਰਾਏ 'ਤੇ ਰਹਿੰਦਾ ਸੀ ਉਹਨੇ। ਅਤੇ ਇਹ ਪਰਿਵਾਰਕ ਮੈਂਬਰਾਂ ਕੋਲ ਇਨਸਾਫ ਮਿਲਿਆ? ਮੈਂ ਦੱਸਣਾ ਕੋਈ ਨਹੀਂ ਮਿਲਿਆ, ਕੋਈ ਪਰਚਾ ਦਰਜ ਨਹੀਂ ਕਿੰਨਾ ਮਾਰਿਆ ਉਹਨੇ, ਮਾੜਾ ਮੋਟਾ ਜਿਹਾ ਪਰਚਾ ਕਰਾਇਆ ਵੀ ਤੁਹਾਨੂੰ ਪਤਾ ਲੱਗਾ ਵੀ ਲੜਾਈ ਹੋਈ ਇਸ ਚੋਰ ਦੀ, ਆਪਾਂ ਨੂੰ ਪਤਾ ਸੀ ਪੂਰਾ ਹੋਇਆ 14 ਰਾਤ ਨੂੰ ਪੂਰਾ ਹੋਇਆ ਮੁੰਡਾ। ਹਾਂਜੀ, ਅਤੇ ਮੈਨੂੰ ਪਤਾ ਲੱਗਾ ਅਤੇ ਇਹ ਲੈ ਕੇ ਆਏ 14 ਨੂੰ ਜੀ, ਅਸੀਂ ਇਹਨੂੰ ਆ ਕੇ ਸਿੱਧਾ ਥਾਣੇ ਲੈ ਕੇ ਆ। ਥਾਣੇਦਾਰ ਕਹਿੰਦਾ ਨਵਾ ਤੋਂ ਆ ਕੇ ਸੰਸਕਾਰ ਕਰ ਦਿਓ, ਤੁਹਾਡੀ ਕੋਈ ਰਿਪੋਰਟ ਨਹੀਂ ਆਈ। ਮੈਂ ਬਾਈ ਇਹ ਤੜਕੇ ਦੇਖਾਂਗੇ ਜੀ। ਤੜਕੇ ਅਗਲੇ ਦਿਨ ਗਏ ਹਾਂ ਜੀ, ਉਹਨੇ ਫਿਰ ਵੀ ਇਹੀ ਕਿਹਾ, ਕਹਿੰਦਾ ਜ਼ਿਆਦਾ ਇਹਨੂੰ ਦਾਖਲ ਕਰੋ ਜਾਂ ਸੰਸਕਾਰ ਕਰ ਦਿਓ, ਸਾਡੇ ਕੋਲ ਰਿਪੋਰਟ ਹੈ, ਮੈਂ ਸਰਕਾਰੀ ਡਾਕਟਰ ਨਾਲ ਜਾ ਕਰ ਪਿਆ। ਫਿਰ ਜਾ ਕੇ ਰਿਪੋਰਟ, ਫਿਰ ਇਹਨੇ ਪਰਚਾ ਦਰਜ ਕੀਤਾ, ਤਿੰਨਾਂ ਜਣਾਂ ਦਾ ਅਸੀਂ ਨਾਲ ਖਾਇਆ, 4-5 ਜਣੇ ਅਣਪਛਾਤੇ ਆ, ਅਣਪਛਾਤੇ ਨੇ ਕੋਈ ਨਹੀਂ ਲਿਖਿਆ, ਜਿਹੜੇ 3 ਲਿਖੇ ਉਹਨਾਂ 'ਚੋਂ 1 ਫੜਿਆ ਹਜੇ ਤੱਕ ਜੀ। ਇਹ FIR ਨੰਬਰ 16 ਮਿਤੀ 15 ਜੁਲਾਈ 2018 ਨੂੰ ਦਰਜ ਹੋਈ ਸੀ, ਜਿਸ ਦੇ ਵਿੱਚ ਮ੍ਰਿਤਕ ਸੁਖਦੀਪ ਸਿੰਘ ਪੁੱਤਰ ਪ੍ਰਦੀਪ ਸਿੰਘ ਔਰ ਮਹਿਰਾ ਵਾਸੀ ਵਾਰਡ ਨੰਬਰ 7 ਨੇੜੇ ਸ਼ਮਸ਼ਾਨ ਘਾਟ ਜਿਹੜਾ ਇਹਦੀ ਡੈਥ ਹੋਣੀ ਪਾਈ ਗਈ ਸੀ। ਪਰਮਜੀਤ ਕੌਰ ਨੇ ਬਿਆਨ ਲਿਖਾਇਆ ਸੀ ਜਿਹਦੇ ਵਿੱਚ ਦੱਸਿਆ ਗਿਆ ਵੀ ਲਖਵੀਰ ਸਿੰਘ ਉਰਫ ਸੋਨੀ ਪੁੱਤਰ ਮਹਿੰਦਰ ਸਿੰਘ ਅਤੇ ਉਹਦੇ ਨਾਲ ਉਹਦਾ ਲੜਕਾ ਬੌਬੀ ਔਰ ਉਹਦੀ ਘਰ ਵਾਲੀ ਕਰਮਜੀਤ ਕੌਰ ਉਹਨਾਂ ਦੇ ਘਰ ਲੜਾਈ ਕਰਨ ਆਏ ਸੀਗੇ, ਜਿਹਦੇ ਵਿੱਚ ਉਹਨਾਂ ਦੇ ਹੱਥੋਂ ਜਿਹੜਾ ਹੈਗਾ ਸਿਲੰਡਰ ਮੁੰਡੇ ਦੇ ਸਿਰ 'ਤੇ ਵੱਜਿਆ ਅਤੇ ਜਿਹਦੇ ਨਾਲ ਉਹਦੀ ਮੌਤ ਹੋ ਗਈ। ਇਸ ਵਿੱਚ ਅਸੀਂ ਮੁੱਖ ਦੋਸ਼ੀ ਜਿਹੜਾ ਲਖਵੀਰ ਸਿੰਘ ਉਰਫ ਸੋਨੀ ਹੈ ਉਹਨੂੰ ਅਸੀਂ ਨਾਲ ਦੇ ਨਾਲ ਅਸੀਂ ਗ੍ਰਿਫਤਾਰ ਕਰ ਲਿਆ ਸੀ 1 ਦਿਨ ਦੇ ਵਿੱਚ ਹੀ, ਔਰ ਬਾਕੀ ਜਿਹੜੇ 2 ਹੈਗੇ ਦੋਸ਼ੀ ਕਰਮਜੀਤ ਕੌਰ ਅਤੇ ਬੌਬੀ ਉਹ ਅਜੇ ਫਰਾਰ ਨੇ, ਜਿਨ੍ਹਾਂ ਨੂੰ ਪੁਲਿਸ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਟੀਮਾਂ ਬਣਾ ਕੇ ਉਹਨਾਂ ਦੇ ਸੀ।